ਬੋਲੋ ਸ਼ੰਕਰ ਭਗਵਾਨ ਕੀ ਜੈ ਅਸੀਂ ਅੱਜ ਬੁੜਲਾਡੇ ਤੋਂ ਹਰੀ ਦਵਾਰ ਜਿਹੜੇ ਜਾ ਰਹੇ ਆ ਸਪੈਸ਼ਲ ਸਾਨੂੰ ਮੈਂ ਧੰਨਵਾਦ ਕਰਨਾ ਚਾਹੂੰਗਾ ਮਨਜੰਦਾ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਕਵਰ ਲੈਣ ਜਾ ਰਹੇ ਆ ਤੇ ਇਹਨਾਂ ਨਜ਼ਾਰਾ ਬਣ ਰੱਖਿਆ ਕਿ ਅਸੀਂ ਰਸਤੇ ਦੇ ਵਿੱਚ ਜਿਹੜੇ ਦੇਖ ਰਹੇ ਹਾਂ ਜੀ ਜੋ ਜੋ ਸ਼ਰਧਾਲੂ ਕਾਵੜ ਲੈ ਕੇ ਆ ਰਹੇ ਨੇ ਆਪਣੇ ਵਕ ਵਕ ਅੰਦਾਜ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਅਗਰ ਤੁਹਾਨੂੰ ਉਹਨਾਂ ਦੇ ਅੰਦਾਜ਼ ਦਿਖਾਈਏ ਕਿ ਪੋਲੇ ਨਾਥ ਜੀ ਨੇ ਕਿੰਨੀ ਕਿਰਪਾ ਉਹਨਾਂ ਤੇ ਕੀਤੀ ਹੋਈ ਆ ਹਰ ਇੱਕ ਬੰਦੇ ਦੇ ਉੱਤੇ ਜਿਹੜੀ ਪੋਲੇ ਨਾਥ ਜੀ ਨੇ ਕਿਰਪਾ ਕੀਤੀ ਹੋਈ ਆ ਅੱਜ ਅਸੀਂ ਰਸਤੇ ਦੇ ਵਿੱਚ ਦੇਖ ਰਹੇ ਹਾਂ ਤੇ ਅਸੀਂ ਇਸ ਬਲੌਗ ਨੂੰ ਅੱਜ ਤਿਆਰ ਜਿਹੜਾ ਕਰ ਰਹੇ ਹਾਂ ਤੇ ਅਸੀਂ ਇਹ ਦੱਸਣਾ ਚਾਹਾਂਗੇ ਅਸੀਂ ਬਲੌਗ ਵਿੱਚ ਕੀ ਅਸੀਂ ਤੁਹਾਨੂੰ ਹਰਦوار ਦੇ ਵਿੱਚ ਦਿਖਾਵਾਂਗੇ ਕਿ ਆ ਭਗਵਾਨ ਸ਼ਕਸ਼ਤ ਭਗਵਾਨ ਪੋਲੇਨਾਥ ਜੀ ਦੇ ਦਰਸ਼ਨ ਕਰਾਵਾਂਗੇ ਤੇ ਜਿਹੜੇ ਲੋਕ ਘਰੇ ਬੈਠੇ ਨੇ ਉਹ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਣ ਅਸੀਂ ਇਹ ਬਲੌਗ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜੋ ਪੋਲੇਨਾਥ ਜੀ ਦੇ ਭਗਤ ਨੇ ਤੇ ਜੋ ਇਸ ਵਾਰੀ ਨਹੀਂ ਜਾ ਪਾਏ ਤੇ ਜੋ ਪੋਲੇਨਾਥ ਜੀ ਦੇ ਸ਼ਕਸ਼ਤ ਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਇਸ ਬਲੌਗ ਦੇ ਨਾਲ ਜੁੜੇ ਰਹੋ ਤੇ ਕੀ ਕਹਿਣਾ ਚਾਹੋਗੇ ਮਨਜੰਦਾ ਜੀ ਜੈ ਪੋਲੇਨਾਥ ਜੀ ਜੀ